ਜ਼ਿਲ੍ਹਾ ਮੁਕਸਰ ਸਾਹਿਬ ਦੇ ਥਾਣਾ ਕਬਰਵਾਲਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 500 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਦਰਅਸਲ ਮਲੋਟ ਤੇ ਲੰਬੀ ਦੀ ਹੱਦ ਰਾਜਸਥਾਨ ਨਾਲ ਲੱਗਦੀ ਹੈ ਜਿੱਥੇ ਅਫੀਮ ਪੋਸਟ ਦੀ ਤਸਕਰੀ ਪੰਜਾਬ ਵਿੱਚ ਹੁੰਦੀ ਹੈ ਇਸ ਨਸ਼ੇ ਦੀ ਤਸਕਰੀ ਨੂੰ ਰੋਕਣ ਦੇ ਲਈ ਜ਼ਿਲ੍ਹਾ ਮੁਕਸਰ ਦੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਜਿਸ ਦੇ ਤਹਿਤ ਹੀ ਪੁਲਿਸ ਨੇ ਨਸ਼ਾ ਤਸਕਰوں ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਐਸਐਸਪੀ ਆਰ ਸੀ ਜੀ ਰਾਜਵਰਤਨ ਸਿੰਘ ਜੀ ਸੰਧੂ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਆਪਣੇ ਡੀਐਸਪੀ ਸਾਹਿਬ ਮਨਮੋਹਨ ਸਿੰਘ ਪੁਗਤਾਨਪੁਰ ਸੰਬਲੋਟ ਦੀ ਯੋਗ ਅਗਵਾਈ ਹੇਠ ਮਤਲਬ ਨਸ਼ਿਆਂ ਵਿਰੁੱਧ ਵਿੱਡੀ ਮਹਮ ਦੇ ਤਾ ਕੱਲ ਮੈਂ ਗੁਰੂ ਸਾਹਿਬ ਯੋਧਾ ਤੋਂ ਹੁੰਦਾ ਹੋਇਆ ਪੱਕੀ ਟੀਬੀ ਤੋਂ ਅੱਗੇ ਮੇਨ ਰੋਡ ਨੂੰ ਆ ਰਿਹਾ ਨਹੀਂ ਬੋਲ ਨੂੰ ਤੇ ਜਦੋਂ ਮੈਂ ਪੁਲਿਸ ਪਾਰਟੀ ਆਪਣੇ ਪੁੱਜੀ ਨਾਲ ਸੇਮਨਾਲਾ ਦੇ ਨੇੜੇ ਉੱਥੇ ਬੈਠਾ ਕੁਛ ਇੱਕ ਵਿਅਕਤੀ ਬੈਠਾ ਨੌਜਵਾਨ ਉਜੇ ਬਟਾ ਖਾ ਰਿਆ ਸੀ ਕੱਟ ਕੇ ਤੇ ਜਦੋਂ ਚੱਕ ਕੀਤਾ ਤਾਂ ਉਹਦੇ ਮਤਲਬ ਵਿੱਚੋਂ ਮਤਲਬ ਦੀ ਜੋ ਖਾ ਰਿਆ ਸੀ ਬਾਬਾ ਉਹਦੇ ਚੋਂ ਖੀਮ ਬਰੰਦ ਹੋਈ ਹੈ ਜੋ ਕੁੱਲ ਜਿਹੜੀ ਮਤਲਬ 500 ਗ੍ਰਾਮ ਸੀ ਇਹ ਮਤਲਬ ਅਜੇ ਤੋ ਮਤਲਬ ਪੁੱਛ ਕੇ ਜ ਪੂਰੀ ਹੋ ਰਹੀ ਹੈ ਇਹ ਦਾ ਡ्रेसੀ ਹੈ Rajasthan ਦਾ ਰਹਿਣ ਵਾਲਾ ਜੋਧਪੁਰ ਹੈ ਜੋਧਪੁਰ Rajasthan ਦਾ ਰਹਿਣ ਵਾਲਾ ਤੇ ਕਿੱਧਰ ਜਾ ਰਿਹਾ ਸੀ ਜਾਂ ਇਹ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰਦਾ ਜਾਂ ਕਿੱਥੋਂ ਲੈ ਕੇ ਆਉਂਦਾ ਉਹਦੇ ਬਾਰੇ ਇਹ ਦਾ ਅੱਜ ਰਿਮਾਂਡ ਲਿਆ ਜਾਊਗਾ ਅੱਗੇ ਤਰ ਮੜ ਲੱਕ ਹੋਰੇ ਤੋਂ ਡੰਗਾਈ ਨਾ ਪੁੱਛ ਕੇ ਕੀਤੀ ਜਾਂਦੀ। ਮਤਲਬ ਜੋ ਜਿਆਦਾ ਮੋਸਟਲੀ ਮਤਲਬ ਇਹ ਆਪਦੇ ਹੁਣ ਅੱਜ ਕੱਲ ਇਹ ਆਪਦਾ ਆਪਦਾ ਟ੍ਰੈਂਡ ਹੈ। ਕਦੇ ਬੱਸਾਂ ਤੇ ਆਉਂਦੇ ਐ ਅੱਜ ਕੱਲ ਮਤਲਬ ਕੋਈ ਬੱਸਾਂ ਤੇ ਵੀ ਆ ਜਾਂਦਾ ਕੋਈ ਬੱਸ ਤੇ ਆਉਂਦੇ ਉਹ ਉਤਰ ਕੇ ਜਾਂ ਫਿਰ ਸਪਲਾਈ ਕਰਨ ਜਾਂਦੇ। ਇਹ ਮਤਲਬ ਪਾਂਡੀ ਤਰ੍ਹਾਂ ਦੇ ਲੋਕ ਆ ਮਤਲਬ ਆਪਦਾ ਕੋਈ ਉੱਥੋਂ ਹੋ ਸਕਦਾ ਨੇ ਕਿ ਪੈਸੇ ਦਿੰਦੇ ਹੁਣ ਜਾਂ ਸ਼ਾਇਦ ਇਹ ਨਾਲ ਕੋਈ ਆਪਦਾ ਵਿੱਚ ਬਿਜ਼ਨਸ ਹੋਵੇ ਤੇ ਲਿਉਂਦੇ ਉਹ ਤੋਂ ਰਾਜਸਥਾਨ ਚ ਜਿਆਦਾ ਮੋਸਟ